देख रहे हो सांझ टीवी न्यूज पोर्टल। डिप्टी कमिश्नर साहिब मोहाली ने हुक्म जारी कर दिते हन कि कुराली विच कोई भी दुकानदार आतिशबाजी नहीं बेच सकता अते चप्पे चप्पे पुलिस तैनात कर दिती गई है। जिसते दुकानदारां वलों अपनियां दुकानां बंद कर दितियां हन, पर कुछ दुकानदारां ने अपनी दुकानदारी रूपनगर दे पिंड चतामाला विच शुरू कर दिती है। इस संबंधी पिंड चतामाला वासियां ने दस्या, पिंड दे नेड़े गोदाम तां काफी समा पहला बने सन, पर हर साल कुराली विच आतिशबाजी वेची जांदी है। पहला कुराली अते चतामाला रूपनगर जिले विच सन, पर हुण कुराली मोहाली जिले विच जाण कारण कानून वखो वखरे हो गए हन। मोहाली प्रशासन वालों तां कारवाई करनी शुरू कर दिती गई है, पर रूपनगर प्रशासन हजे हुक्मां दा इंतजार कर रहा है। जदों पिंड चतामाला विच धड़ल्ले नाल आतिशबाजी वेच रहे दुकानदारां नूं पुछिया तां उन्हां दस्सिया कि उन्हां ने पिंड चतामाला दे गोदामां दे लाइसेंस बनाए होए हन, जिस कारण चतामाला दे गोदामां विचों आतिशबाजी वेच रहे हां। मैं पिंड चतामाला दा वासी हां। जिहड़ी आ बंबां वाली साडे इत्थों कराई दे इत्थे शिफ्ट करता, इहदा पहले ही दूसरा पाया होया पिंड दे बहुत नेड़े आ, हर टाइम पिंड ते खतरा मचाउंदा रहिंदा इह गल दा। ਅਸੀਂ ਤਾਂ ਡੀਸੀ ਨੂੰ ਇਹ ਕਹਿੰਦੇ ਹਾਂ, ਕਹਿੰਦੇ ਬੇਨਤੀ ਕਰਦੇ ਹਾਂ ਕਿ ਸਾਡੇ ਪਿੰਡ ਤੋਂ ਦੂਰ ਦਿੱਤੀ ਜਾਵੇ। ਹੁਣ ਜੀਰੀ ਦੀਆਂ ਫਸਲਾਂ ਖੜੀਆਂ, ਗੰਨਾ ਖੜਾ ਅਤੇ ਬਰੂਦ ਦਾ ਢੇਰ ਆ। ਦੇਖੋ ਸਰਕਾਰਾਂ ਰੋਕਦੀਆਂ, ਜੱਟਾਂ ਜ਼ਿਮੀਦਾਰ ਅੱਗੇ ਔਖਾ ਹੈ, ਉਹਨਾਂ ਨੂੰ ਅੱਗ ਲਾਉਣ ਤੋਂ ਰੋਕਦੇ ਹਾਂ, ਪ੍ਰਦੂਸ਼ਣ ਹੁੰਦਾ ਕੀ ਗੱਲ, ਬੰਬਾਂ ਦਾ ਪ੍ਰਦੂਸ਼ਣ ਨਹੀਂ ਹੁੰਦਾ, ਇਹਦੇ ਨਾਲ ਪਿੰਡ ਨੂੰ ਵੀ ਖਤਰਾ, ਪਬਲਿਕ ਆ, ਨਾਲ ਹੀ ਇੱਥੇ ਹਾਈਵੇ ਰੋਡ ਚੱਲ ਰਿਹਾ, ਨਾਲ ਹੀ ਥੋੜ੍ਹੇ ਤਿੰਨ ਚੀਜ਼ਾਂ ਕਦੋਂ ਵੀ ਰੱਬ ਨਾ ਕਰੇ ਕੋਈ ਇੱਦਾਂ ਦੀ ਹੋ ਜਾਵੇ ਤਾਂ ਬਹੁਤ ਬੜਾ ਨੁਕਸਾਨ ਹੋਣ ਦਾ ਖਤਰਾ, ਪਿੰਡ ਤਾਂ ਪਹਿਲਾਂ ਹੀ ਡਰ ਚੁੱਕਾ। ਪਿੰਡ ਵਿੱਚ ਕੋਈ ਇੱਦਾਂ ਦੀ ਸਹੂਲਤ ਹੈਗੀ ਅੱਗ ਬੁਝਾਉ ਵਾਲੀ? ਕੋਈ ਪਿੰਡ 'ਚ ਕੋਈ ਵੀ ਨਹੀਂ, ਇੱਥੇ ਤਾਂ ਮਰਿੰਡੇ ਵੀ ਕੋਈ ਅੱਗ ਬੁਝਾਉ ਵਾਲੀ ਗੱਡੀ ਨਹੀਂ, ਕੋਈ ਨੇੜੇ ਤੇੜੇ ਇੱਥੇ ਕੋਈ ਪਾਣੀ ਦਾ ਪ੍ਰਬੰਧ ਨਹੀਂ ਹੈਗਾ, ਕੁਛ ਨਹੀਂ ਹੈਗਾ, ਕੋਈ ਨਹੀਂ, ਲੋਕਲ ਪੈਪ ਹੈ ਇੱਥੇ। ਵੈਸੇ ਜਦੋਂ ਰੋਡ 'ਤੇ ਲੰਘੇ ਤਾਂ ਵੀ ਜਾਮ ਲੱਗਦਾ ਇੱਥੇ, ਗੱਡੀਆਂ ਵਗੈਰਾ ਕਰਦੀਆਂ, ਕਿਉਂਕਿ ਸਕੂਲਾਂ ਵਾਲੇ ਇਸ ਸਬੰਧੀ ਜਦੋਂ ਪ੍ਰਸ਼ਾਸਨ ਦੀ ਜਾਣਕਾਰੀ ਲੈਣੀ ਚਾਹੀ ਤਾਂ ਰੂਪਨਗਰ ਜ਼ਿਲ੍ਹੇ ਵਿੱਚ ਨਾ ਤਾਂ ਡਿਪਟੀ ਕਮਿਸ਼ਨਰ ਸਾਹਿਬ ਮਿਲੇ ਨਾ SSP ਮਿਲੇ। ਇਸ ਬਾਰੇ SCD ਰੂਪਨਗਰ ਬਲਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਜਲਦ ਹੀ ਮੌਕਾ ਦੇਖ ਕੇ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ। ਜਿਹੜਾ ਪਟਾਕੇ ਕੁਰਾਲੀ ਤੋਂ ਜਿਹੜੇ ਰੋਪੜ ਦੇ ਵਿੱਚ ਜ਼ਿਲ੍ਹੇ 'ਚ ਦੁਕਾਨਾਂ ਖੁੱਲ੍ਹੀਆਂ, ਉਹਦੇ ਬਾਰੇ ਕੀ ਕਰੇ ਪੁਲਿਸ? ਜਿਹੜੀ ਗੱਲ ਤੁਸੀਂ ਦੱਸ ਰਹੇ ਹੋ ਕੋਈ ਗੱਲ ਨਹੀਂ, ਇਸ ਬਾਰੇ ਜਿਹੜੀਆਂ ਪਟਾਕਿਆਂ ਬਾਰੇ ਵੈਰੀਫਾਈ ਕਰਾ ਲੈਂਦੇ ਹਾਂ। ਕੁਰਾਲੀ ਡਿਸਟ੍ਰਿਕਟ ਮੋਹਾਲੀ 'ਚ ਪੈਂਦਾ, ਲੇਕਿਨ ਜੇ ਕੋਈ ਐਸੀ ਗੱਲ ਤੁਸੀਂ ਦੱਸ ਰਹੇ ਹੋ ਵੀ ਕੋਈ ਚਤਾਮਲੇ ਪਿੰਡ 'ਚ ਕੋਈ ਇਹੋ ਜਿਹੇ ਕੋਈ ਦੁਕਾਨਾਂ ਖੋਲ੍ਹੀਆਂ ਨੇ, ਤਾਂ ਅਸੀਂ ਮੈਂ ਪਰਸਨਲੀ ਵੈਰੀਫਾਈ ਕਰਾ ਲੈਂਦੇ, ਚੈੱਕ ਕਰਵਾ ਲੈਂਦੇ, ਉੱਥੋਂ ਚੈੱਕ ਕਰਵਾ ਕੇ ਜੋ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ। ਰੂਪਨਗਰ ਤੋਂ ਸੱਜਣ ਸੈਣੀ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।